ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਔਰ ਉਹ ਵਧਾਈ ਪਾਤਰ ਨੇ ਜਿਨ੍ਹਾਂ ਨੇ ਇੱਦਾਂ ਕੀਤਾ। ਐਨਕਾਊਂਟਰ ਦੇ ਵਿੱਚ ਸੱਚਾਈ ਕੀ ਹੈ ਇਹ ਤਾਂ ਪਰਮਾਤਮਾ ਜਾਣੇ ਜਾਂ ਪੁਲਿਸ ਜਾਣੇ, ਲੇਕਿਨ ਜੋ ਵੀ ਹੋਇਆ ਬਹੁਤ ਅੱਛਾ ਹੋਇਆ। ਔਰ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਅਪਰਾਧਿਕ ਸੋਚ ਰੱਖਣ ਵਾਲਿਆਂ ਲੋਕਾਂ ਨੂੰ ਥੋੜ੍ਹਾ ਡਰ ਪੈ, ਇਸ ਤੋਂ ਥੋੜ੍ਹਾ ਪੈਦਾ ਹੋਊਗਾ ਕਿ ਅਗਰ ਅਸੀਂ ਕੁਛ ਕੀਤਾ ਗਲਤ ਤਾਂ ਸਾਡੇ ਨਾਲ ਵੀ ਹੋਏਗਾ। ਸੂਬਾ ਸਰਕਾਰ ਨੇ ਹੁਣ ਇੱਕ ਫੈਸਿਲਿਟੀ ਲਿਆਈ ਹੈ ਕਿ ਜਿੱਦਾਂ ਕਿ ਜਿਹੜੀ ਇਸਤਰੀਆਂ ਹੁੰਦੀਆਂ ਹੈ ਅਗਰ ਰਾਤ ਦੇ 9 ਵਜੇ ਤੋਂ ਬਾਹਰ ਕਿਤੇ ਬਾਹਰ ਹੁੰਦੀ ਹੈ ਅਤੇ ਪੁਲਿਸ ਨੂੰ ਅਗਰ ਫੋਨ ਕਰੀਏ ਤਾਂ ਉਹਨਾਂ ਨੂੰ ਉਹਨਾਂ ਦੇ ਘਰ ਸੁਰੱਖਿਅਤ ਛੱਡੇਗੀ, ਇਸ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਅੱਛਾ ਕਦਮ ਹੈ, ਸਰਾਹਨੀ ਹੈ, ਪ੍ਰਸ਼ੰਸਨੀ ਹੈ। ਲੇਕਿਨ ਜਿਸ ਤਰ੍ਹਾਂ ਕਿ ਨਿਊਜ਼ ਵਿੱਚ ਦੇਖ ਰਹੇ ਸੀ ਕਿ ਇੱਕ ਰਿਪੋਰਟਰ ਨੇ ਉਹਨਾਂ ਨੂੰ ਉਸ ਨੰਬਰ 'ਤੇ ਕਾਲ ਕੀਤੀ, ਲੇਕਿਨ 1 ਘੰਟਾ ਜਿਹੜਾ ਹੈਗਾ ਪੁਲਿਸ ਨੂੰ ਆਉਣ ਦੇ ਵਿੱਚ ਲੱਗਾ, ਜਦਕਿ ਅਕੇਲੀ ਲੜਕੀ ਜਿਹੜੀ ਅਗਰ ਉਹ ਖੜੀ ਹੈ ਸੜਕ ਦੇ ਉੱਪਰ ਤਾਂ ਉਹਦੇ ਲਈ ਤਾਂ ਅੱਜ ਦੇ ਹਾਲਾਤ ਦੇ ਅਨੁਸਾਰ ਇੱਕ ਕਸ਼ਣ, ਇੱਕ ਪਲ, ਇੱਕ ਸੈਕਿੰਡ ਵੀ ਉਹਦੇ ਲਈ ਬਹੁਤ ਭਾਰੂ ਹੈ। ਅਤੇ 1 ਘੰਟੇ ਬਾਅਦ ਅਗਰ ਪੁਲਿਸ ਆਉਂਦੀ ਹੈ ਤਾਂ ਉਦੋਂ ਤੱਕ ਤਾਂ ਬਹੁਤ ਕੁਛ ਹੋ ਜਾਂਦਾ। ਤਾਂ ਇਸ ਲਈ ਅਗਰ ਉਹਨਾਂ ਦੇ ਕੋਲ ਮਹਿਲਾ ਕਰਮਚਾਰੀ ਨਹੀਂ ਸੀ ਤਾਂ ਕਮ ਸੇ ਕਮ ਪੁਰਸ਼ ਕਰਮਚਾਰੀਆਂ ਨੂੰ ਟਾਈਮ ਸਿਰ ਆ ਕੇ ਉਹਦੇ ਕੋਲ ਖਲੋਣਾ ਚਾਹੀਦਾ ਸੀ ਤਾਂ ਕਿ ਉਹਨੂੰ ਹਿੰਮਤ ਬਚਦੀ, ਉਹਨੂੰ ਪਤਾ ਹੁੰਦਾ ਕਿ ਮੇਰੇ ਫੋਨ ਕਾਲ ਦੇ ਉੱਤੇ ਇੱਕਦਮ ਜਿਹੜੀ ਹੈਗੀ ਪੁਲਿਸ ਐਕਸ਼ਨ ਚ ਆਈ। ਔਰ ਚਾਹੇ ਅਗਰ ਤੁਹਾਡੇ ਕੋਲ ਮਹਿਲਾ ਕਰਮਚਾਰੀਆਂ ਦੀ ਘਾਟ ਹੈ ਤਾਂ ਭਰਤੀ ਕਰ ਲਓ, ਲੇਕਿਨ ਪੁਰਸ਼ ਕਰਮਚਾਰੀਆਂ ਦੇ ਲਈ ਇੱਕ ਆਦੇਸ਼ ਹੋਣਾ ਚਾਹੀਦਾ ਹੈ ਕਿ ਜਦੋਂ ਕਾਲ ਆਵੇ ਤੁਰੰਤ ਗੱਡੀ ਖੜੀ ਹੋਣੀ ਚਾਹੀਦੀ, ਤਿਆਰ ਬਰ ਤਿਆਰ। ਅਗਰ ਤੁਹਾਨੂੰ ਕਾਲ ਆਉਂਦੀ ਹੈ ਕਿਸੇ ਪਰੇਸ਼ਾਨੀ ਦੇ ਵਿੱਚ ਲੜਕੀ ਦੀ ਤਾਂ ਉਹਦੀ ਮਦਦ ਕਰਨ ਦੇ ਲਈ ਅਗਰ ਇਹ ਕਾਨੂੰਨ ਬਣਿਆ ਤਾਂ ਪੁਰਸ਼ ਕਰਮਚਾਰੀ ਨੂੰ ਉੱਥੇ ਪਹੁੰਚਣਾ ਚਾਹੀਦਾ, ਨਾ ਕਿ ਅਸੀਂ ਦੇਖਦੇ ਰਹੀਏ ਕਿ ਕਦ ਮਹਿਲਾ ਕਰਮਚਾਰੀ ਆਵੇ ਤਾਂ ਉਸ ਤੱਕ ਪਹੁੰਚ ਕੀਤੀ ਜਾਵੇ। ਔਰ ਕਦਮ ਬਹੁਤ ਅੱਛਾ ਹੈ, ਲੇਕਿਨ ਇਸਦੇ ਸੁਧਾਰ ਲਿਆਉਣ ਦੀ